ਪਿਛਲੇ ਕੁਝ ਦਿਨਾਂ ਤੋਂ ਪੈਟਰੋਲ ਡੀਜ਼ਲ ਦੀ ਕੀਮਤਾਂ ਵਿੱਚ ਲਗਾਤਾਰ ਜੋ ਹੈ ਭਾਰੀ ਗਿਰਾਵਟ ਆ ਰਹੀ, ਜਿਹਦੇ ਕਰਕੇ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੀ ਹੈ, ਕਿਉਂਕਿ ਪੈਟਰੋਲ ਦੀ ਗੱਲ ਕਰੀਏ ਤਾਂ ਕੁਝ ਦਿਨਾਂ ਤੱਕ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਲਗਾਤਾਰ ਕੀਮਤਾਂ ਵਿੱਚ ਵਾਧਾ ਹੋ ਰਿਹਾ ਸੀ, ਰਾਹਤ ਲੋਕਾਂ ਨੂੰ ਜ਼ਰੂਰ ਮਿਲ ਰਹੀ ਹੈ। ਤਾਂ ਆਟੋ ਚਾਲਕ ਸਾਡੇ ਨਾਲ ਮੌਜੂਦ ਨੇ, ਤੁਹਾਡਾ ਕੀ ਨਾਮ ਹੈ ਜੀ? ਸਤਪਾਲ। ਸਤਪਾਲ ਜੀ, ਰੇਟ ਲਗਾਤਾਰ ਹੁਣ ਗਿਰਾਵਟ ਆ ਰਹੀ ਹੈ ਡੀਜ਼ਲ ਅਤੇ ਪੈਟਰੋਲ 'ਚ, ਕਿੰਨੇ ਕੁ ਬੈਨੀਫਿਟ ਹੋ ਰਿਹਾ ਇਹਦੇ ਨਾਲ? ਮਾੜਾ ਮੋਟਾ ਬੈਨੀਫਿਟ ਹੋ ਰਿਹਾ ਜੀ, ਮਾੜਾ ਮੋਟਾ, ਬਾਕੀ ਖਾਸ ਜ਼ਿਆਦਾ ਨਹੀਂ ਹੋ ਰਿਹਾ, ਪਰ ਰੇਟ ਘੱਟ ਤੋਂ ਘੱਟ ਚਾਹੀਦਾ। 50 ਰੁਪਏ ਡੀਜ਼ਲ ਹੋਣਾ ਫਿਰ ਫਾਇਦਾ ਸਾਨੂੰ ਵੀ, ਫਿਰ ਦਿਹਾੜੀ ਮਸਾ ਬਣਦੀ ਹੈ। ਹੁਣ ਸੰਭਾਵਨਾ ਜਿਤਾਈ ਜਾ ਰਹੀ ਕਿ ਹੋਰ ਵੀ ਡਾਊਨ ਆ ਸਕਦਾ? ਇਹ ਸੰਭਾਵਨਾ ਹੁਣ ਇਹ ਤਾਂ ਸਰਕਾਰ ਨੂੰ ਹੀ ਪਤਾ ਵੀ ਘੱਟ ਕਰਨਗੇ ਵੱਧ ਕਰਨਗੇ, ਇਹਨਾਂ ਨੂੰ ਨਹੀਂ ਪਤਾ, ਇਹਦੇ ਇਲਾਵਾ ਅਸੀਂ ਕੁਝ ਨਹੀਂ ਕਹਿ ਸਕਦੇ। ਕੀ ਸਮਝਦੇ ਆਮ ਲੋਕਾਂ ਨੂੰ ਕੋਈ ਫਾਇਦਾ ਹੈਗਾ ਹੁਣ, ਕਿਉਂਕਿ ਹੁਣ ਦੋ ਤਿੰਨ ਰੁਪਏ ਤੱਕ ਦੀ ਕੀਮਤ ਹੁਣ ਘਟੀ ਹੈ? ਦੋ ਤਿੰਨ ਰੁਪਈਆਂ ਦਾ ਇੱਕ ਆਦਾ ਫਾਇਦਾ ਜੀ, ਮਤਲਬ ਕੋਈ 10-15 ਰੁਪਏ ਘਟੇ ਫਿਰ ਤਾਂ ਕੋਈ ਫਾਇਦਾ ਹੋਵੇ, ਦੋ ਤਿੰਨ ਰੁਪਈਆਂ ਦਾ ਕੀ ਫਾਇਦਾ ਹੋਣਾ। ਤਾਂ ਕੁੱਲ ਮਿਲਾ ਕੇ ਹੋਰ ਵੀ ਲੋਕ ਨੇ ਇੱਥੇ, ਇਹਨਾਂ ਨੂੰ ਗੱਲਬਾਤ ਕਰ ਲੈਂਦੇ ਹਾਂ। ਪੰਪ 'ਤੇ ਤੇਲ ਪਾਉਣ ਲਈ ਲਗਾਤਾਰ ਲੋਕ ਆਉਂਦੇ ਨੇ। ਸਰ ਕੀ ਨਾਮ ਹੈ ਤੁਹਾਡਾ? ਦਵਿੰਦਰ ਜੀ ਸਿੰਘ। ਦਵਿੰਦਰ ਜੀ, ਹੁਣ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਪੈਟਰੋਲ ਡੀਜ਼ਲ ਰੇਟ ਘੱਟ ਰਹੇ ਨੇ, ਕਿੰਨਾ ਕੁ ਬੈਨੀਫਿਟ ਸਮਝਦੇ ਹੋ? ਅੱਗੇ ਨਾਲੋਂ ਕਾਫੀ ਫਰਕ ਆ ਜੀ। ਹਾਂਜੀ, ਆਮ ਲੋਕਾਂ ਦੀ ਜ਼ਿੰਦਗੀ 'ਤੇ ਕਿੰਨਾ ਕੁ ਫਰਕ ਪਊਗਾ ਇਸ ਚੀਜ਼ ਦਾ? ਆਉਣ ਵਾਲੇ ਕਾਫੀ ਫਰਕ ਪਏਗਾ ਜੀ, ਇਹਦੇ ਵਿੱਚ ਥੋੜ੍ਹਾ ਜਿਹਾ ਬੋਝ ਘਟੇਗਾ ਹਰ ਇੱਕ ਆਦਮੀ ਦੇ ਉੱਤੇ, ਡੀਜ਼ਲ ਪੈਟਰੋਲ ਘਟੇਗਾ ਤਾਂ ਹਰ ਇੱਕ ਆਦਮੀ ਆਪਣਾ ਸੌਖਾ ਜਿਹੜਾ ਕੋਈ ਵੀ ਵਹੀਕਲ ਚਲਾਉਣਾ ਹੈ ਆਪਣਾ ਸਹੀ ਚੱਲੇਗਾ ਜੀ। ਕਿਸਾਨਾਂ ਨੂੰ ਕਿੰਨਾ ਕੁ ਬੈਨੀਫਿਟ ਹੋਊਗਾ, ਕਿਉਂਕਿ ਮਸ਼ੀਨਰੀ ਦਾ ਯੂਜ਼ ਹੁੰਦਾ, ਡੀਜ਼ਲ ਉਸ ਵਿੱਚ ਖਪਤ ਹੁੰਦੀ ਹੈ? ਕਾਫੀ ਇਹ ਵਿੱਚ ਫਰਕ ਪਏਗਾ ਜੀ, ਕਾਫੀ ਫਰਕ ਪਏਗਾ, ਜਿਹੜਾ ਮਸ਼ੀਨ ਕੋਈ ਵੀ ਆਦਮੀ ਹੈ ਨਾ, ਕੋਈ ਵੀ ਗੱਡੀ ਵਹੀਕਲ ਦਾ, ਉਹਦੇ ਵਿੱਚ ਕਾਫੀ ਫਰਕ ਪਏਗਾ ਇਸ ਗੱਲ ਦਾ ਜੀ। ਇੱਕ ਹੋਰ ਨੌਜਵਾਨ ਹੋਰ ਖੜ੍ਹੇ, ਇਹਨਾਂ ਨੂੰ ਗੱਲ ਕਰ ਲੈਂਦੇ ਹਾਂ। ਕੀ ਨਾਮ ਹੈ ਤੁਹਾਡਾ? ਸੁਖਦੀਪ। ਸੁਖਦੀਪ, ਹੁਣ ਪੈਟਰੋਲ ਦੀ ਕੀਮਤਾਂ ਲਗਾਤਾਰ ਘੱਟ ਰਹੀਆਂ ਨੇ, ਕਿੰਨਾ ਕੁ ਮਹਿਸੂਸ ਕਰਦੇ ਹੋ ਗਿਰਾਵਟ ਆਈ ਹੈ ਅਤੇ ਲਾਭ ਕਿੰਨਾ ਕੁ ਹੋਊਗਾ? ਘਟੀ ਤਾਂ ਉੱਥੇ ਹੀ ਹੈ ਜੀ, ਘਟਿਆ ਗੁਟਿਆ ਦਾ ਕੁਛ ਨਹੀਂ ਗਾ, ਉੱਥੇ ਹੀ ਆ, ਮਤਲਬ ਉਨਾ ਜ਼ਿਆਦਾ ਲੱਗਦਾ ਤਾਂ ਨਹੀਂ ਹੈਗਾ ਵੀ ਘਟਿਆ ਗਾ ਫਰਕ ਹੈਗਾ, ਬਸ ਥੋੜ੍ਹੇ ਪੈਸੇ ਨਾਲ ਜਿੰਨਾ ਘਟਾਉਂਦੇ ਆ ਉਨਾ ਵਧਾ ਦਿੰਦੇ ਆ, ਸਰਕਾਰਾਂ ਆਪਣੀਆਂ ਉੱਝੀਆਂ ਹੈਗੀਆਂ ਤਾਂ ਕਰਕੇ। ਜੇਕਰ ਹੋਰ ਜ਼ਿਆਦਾ ਘੱਟਦਾ ਤਾਂ ਕਿੰਨਾ ਕੁ ਫਰਕ ਹੋਊਗਾ ਆਮ ਜਨ 'ਤੇ? ਫਰਕ ਪੈ ਸਕਦਾ ਜੀ, ਦੇਖੋ ਤਾਂ ਚੱਲ ਕੁਛ, ਅੱਜ ਕੱਲ੍ਹ ਵਾਹਨ ਚੱਲਦੇ ਵੀ ਜ਼ਿਆਦਾ ਹੈਗੇ, ਤੁਹਾਨੂੰ ਪਤਾ ਹੈਗਾ ਹੈ ਨਾ, ਫਿਰ ਉੱਤੇ ਮੱਚਦਾ ਵੀ ਤੇਲ ਜ਼ਿਆਦਾ ਹੀ ਆ। ਅਨੁਪਮ ਜੀ, ਹੁਣ ਗੱਡੀ 'ਚ ਤੇਲ ਪਾਉਣ ਆਏ ਹੋ, ਪਹਿਲੇ ਹੀ ਪਾਉਂਦੇ ਸੀਗੇ, ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕੀਮਤਾਂ ਡਾਊਨ ਆ ਰਹੀਆਂ ਨੇ, ਕਿੰਨਾ ਕੁ ਫਰਕ ਮਹਿਸੂਸ ਕਰਦੇ? ਬਹੁਤ ਜ਼ਿਆਦਾ ਫਰਕ ਮਹਿਸੂਸ ਹੁੰਦਾ ਜੀ। ਪਹਿਲਾਂ ਗੱਡੀ ਫਿੱਲ ਹੋ ਜਾਂਦੀ ਸੀਗੀ ਅਰਾਊਂਡ 3000 ਦੇ ਕਰੀਬ, ਹੁਣ ਉਹੀ ਗੱਡੀ ਵਾਪਸ 2500 ਦੇ ਕਰੀਬ ਫੁੱਲ ਪੂਰਾ ਟੈਂਕ ਫਿੱਲ ਹੋ ਰਿਹਾ, ਅਤੇ ਜਿਹੜਾ 500-700 ਰੁਪਇਆ ਬਚਦਾ ਉਹ ਅਸੀਂ ਕਿਸੇ ਨਾ ਕਿਸੇ ਹੋਰ ਕੰਮ 'ਚ ਯੂਜ਼ ਕਰ ਸਕਦੇ ਹਾਂ, ਸੋ ਫਰਕ ਤਾਂ ਹੈ ਹੀ। ਐਂਡ ਆਈ ਹੋਪ ਅੱਗੇ ਹੋਰ ਘਟਣਗੇ, ਕਿਉਂਕਿ ਹੁਣ ਫਿਰ ਸਾਊਦੀ ਨੇ ਵਾਲੀ ਮਾਰਕੀਟ ਜਿਹੜੀ ਆ ਹੋਰ ਕੰਪੈਟੀਟਿਵ ਹੋਈ ਹੈ, ਉਹਨਾਂ ਨੇ ਹੋਰ ਰੇਟ ਥੱਲੇ ਸੁੱਟੇ ਨੇ, ਐਂਡ ਜੇ ਤਾਂ ਉਸੇ ਹਿਸਾਬ ਦੇ ਨਾਲ ਹੋਰ ਰੇਟ ਘੱਟਦੇ ਨੇ, ਆਮ ਆਦਮੀ ਨੂੰ ਕਸਟਮਰ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ। ਆਪਣੇ ਦੇਸ਼ ਦੀ ਆਰਥਿਕ ਸਥਿਤੀ ਦੀ ਗੱਲ ਕਰੀਏ ਤਾਂ ਕਿਸਾਨੀ ਨਾਲ ਜੁੜੇ ਹੋਏ ਜ਼ਿਆਦਾ ਲੋਕ ਨੇ, ਉਹਨਾਂ ਨੂੰ ਕਿੰਨਾ ਕੁ ਬੈਨੀਫਿਟ ਸਮਝਦੇ ਹੋ ਇਸਦਾ? ਇੱਦਾਂ ਹੈ ਜੀ, ਦੇਖੋ ਹਰ ਚੀਜ਼ ਜਿਹੜੀ ਉਹ ਟਰਾਂਸਪੋਰਟੇਸ਼ਨ ਦੇ ਉੱਤੇ ਡਿਪੈਂਡੈਂਟ ਹੈ। ਜੇ ਡੀਜ਼ਲ ਦੇ ਰੇਟ ਘੱਟਦੇ ਨੇ, ਤੇਲ ਦੇ ਰੇਟ ਘੱਟਦੇ ਨੇ, ਜਿੱਦਾਂ ਕਿ ਕੱਚੇ ਤੇਲ ਦੇ ਰੇਟ ਘੱਟ ਰਹੇ ਨੇ, ਤਾਂ ਆਈ ਗੈਸ ਕਿਸਾਨਾਂ ਨੂੰ ਵੀ ਉਸ ਚੀਜ਼ ਦਾ ਫਾਇਦਾ ਹੋਏਗਾ, ਜਿਹੜਾ ਕੱਚਾ ਪ੍ਰੋਡਕਟ ਹੈ ਉਹ ਮੈਨੂਫੈਕਚਰਰ ਕੋਲ ਸਸਤਾ ਪਹੁੰਚੇਗਾ, ਉਹ ਜੇ ਮੈਨੂਫੈਕਚਰਰ ਚਾਹੇਗਾ ਤਾਂ ਅੱਗੇ ਉਸ ਘੱਟਦੇ ਹੋਏ ਰੇਟ ਦੇ ਨਾਲ, ਠੀਕ ਹੈ, ਲੋਕਾਂ ਨੂੰ ਅੱਗੇ ਜਿਹੜੀ ਪ੍ਰੋਡਕਟ ਬਣ ਕੇ ਆਏਗਾ, ਠੀਕ ਹੈ, ਉਹ ਸਸਤਾ ਹੋ ਸਕਦਾ ਹੈ, ਠੀਕ ਹੈ। ਸੋ ਆਰਥਿਕ ਸਥਿਤੀ ਉਹਦੇ ਨਾਲ ਮਤਲਬ ਕਿਸਾਨਾਂ ਦੀ ਵੀ ਚੰਗੀ ਹੋਏਗੀ, ਬਾਇਰ ਦੀ ਚੰਗੀ ਹੋਏਗੀ, ਮੈਨੂਫੈਕਚਰਰ ਨੂੰ ਇਸ ਦਾ ਫਾਇਦਾ ਪਹੁੰਚੇਗਾ। ਤਾਂ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਇਸ ਦੇ ਨਾਲ ਹਰ ਵਰਗ ਦੇ ਲੋਕਾਂ ਨੂੰ ਬੈਨੀਫਿਟ ਹੋ ਰਿਹਾ, ਕਿਉਂਕਿ ਜਿੱਥੇ ਲੋਕ ਪਹਿਲੇ ਦੁਖੀ ਸੀਗੇ ਕਿਉਂਕਿ ਕਾਫੀ ਸਮੇਂ ਕੁਛ ਸਮੇਂ ਪਹਿਲੇ ਗੱਲ ਕਰੀਏ ਤਾਂ ਰੇਟਾਂ ਵਿੱਚ ਕਾਫੀ ਲਗਾਤਾਰ ਵਾਧਾ ਹੋਇਆ ਸੀ, ਉਸ ਤੋਂ ਹੁਣ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਇਸ ਨਾਲ ਜ਼ਰੂਰ ਪ੍ਰਦਾਨ ਹੋਈ ਹੈ। ਫਿਲਹਾਲ ਵੇਖਦੇ ਹਾਂ ਕਿ ਇਸ ਤੋਂ ਬਾਅਦ ਰੇਟ ਹੋਰ ਵੀ ਡਾਊਨ ਆਣਗੇ ਜਾਂ ਫਿਰ ਇਸ ਤੱਕ ਜੋ ਹੈ ਸੀਮਿਤ। ਲੋਕਾਂ ਦੀ ਭਲਾਈ ਦੀ ਗੱਲ ਕਰੀਏ, ਲੋਕਾਂ ਦੇ ਸਹਿਯੋਗ ਦੀ ਗੱਲ ਕਰੀਏ, ਲੋਕਾਂ ਦੇ ਬੈਨੀਫਿਟ ਦੀ ਗੱਲ ਕਰੀਏ, ਉਹ ਕਿੰਨਾ ਕੁ ਲੋਕਾਂ ਨੂੰ ਇਸ ਪੈਟਰੋਲ ਡੀਜ਼ਲ ਦੀ ਕੀਮਤਾਂ ਨਾਲ ਹੋਵੇਗਾ? ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।